CBN ਦੀ ਪੇਸ਼ਕਸ਼ ਤੇ ਤੁਸੀਂ ਵੇਖ ਰਹੇ ਹੋ ਇੱਕ ਨਵੀਂ ਜ਼ਿੰਦਗੀ। ਅੱਜ ਇੱਕ ਨਵੀਂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਚੱਲਾਂਗੇ ਇੱਕ ਇਤਿਹਾਸਿਕ ਚਰਚ ਦੀ ਜਾਣਕਾਰੀ ਨੂੰ ਕਰਨ ਹਾਸਲ। ਮਿਲਾਂਗੇ ਇੱਕ ਐਸੀ ਮਹਿਲਾ ਦੇ ਨਾਲ ਜਿਸ ਦਾ ਜੀਵਨ ਭਰਿਆ ਹੋਇਆ ਸੀ ਨਿਰਾਸ਼ਾ ਦੇ ਨਾਲ, ਪਰ ਫਿਰ ਵੀ ਉਸ ਨੂੰ ਮਿਲੀ ਸ਼ਾਂਤੀ। CBN ਫਾਊਂਡੇਸ਼ਨ ਦੇਖਾਂਗੇ ਦੇਸ਼ ਭਰ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਕਿਸ ਤਰ੍ਹਾਂ ਜ਼ਿੰਦਗੀ ਬਿਹਤਰ ਜੀਣ ਦਾ ਮੌਕਾ ਦੇ ਰਿਹਾ ਹੈ। ਕਰਾਂਗੇ ਤੁਹਾਡੇ ਲਈ ਪ੍ਰਾਰਥਨਾ ਅਤੇ ਸੁਣਾਂਗੇ ਇੱਕ ਗੀਤ। ਜੀਵਨ ਰਾਹ ਤੇ ਸੱਚਿਆਈ, ਆਨੰਦ ਸ਼ਾਂਤੀ ਲੈ ਆਈ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਇੱਕ ਨਵੀਂ ਰੋਸ਼ਨੀ ਲੈ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ। ਨਮਸਕਾਰ ਤੇ ਜੀ ਆਇਆਂ ਨੂੰ ਨਮਸਕਾਰ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਇੱਕ ਨਵੀਂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਿੱਖ ਸਕੋਗੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਹੀ ਹਨ ਜਿਹੜੇ ਕਿ ਤੁਹਾਡੀ ਜ਼ਿੰਦਗੀ ਦੇ ਤੂਫਾਨਾਂ ਨੂੰ ਸ਼ਾਂਤ ਕਰ ਸਕਦੇ ਨੇ। ਅੱਜ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਚੱਲਾਂਗੇ ਆਗਰਾ ਅਤੇ ਕਰਾਵਾਂਗੇ ਸੈਰ ਇੱਥੇ ਦੇ ਇੱਕ ਇਤਿਹਾਸਿਕ ਚਰਚ ਦੀ। ਇਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਇੰਟਰਸਟਿੰਗ ਇਤਿਹਾਸਿਕ ਗੱਲਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਪਸੰਦ ਆਉਣਗੀਆਂ। ਇਸ ਕਰਕੇ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਹੈਵਲੋਕ ਮੈਥੋਡਿਸਟ ਚਰਚ। ਇਸ ਚਰਚ ਦੀ ਸੈਰ ਅਤੇ ਇਤਿਹਾਸਿਕ ਜਾਣਕਾਰੀ ਨੂੰ ਤੁਹਾਡੇ ਤੱਕ ਸਾਂਝੇ ਕਰਨ ਜਾ ਰਹੀ ਹੈ ਸਾਡੀ ਪ੍ਰੋਡਿਊਸਰ ਨਿਹਾਸ਼ਾ। ਇਤਿਹਾਸਿਕ ਚਰਚ ਅਤੇ ਉਹਨਾਂ ਦੀਆਂ ਇਤਿਹਾਸਿਕ ਗੱਲਾਂ, ਕਦੇ ਉਹਨਾਂ ਦੀ ਖੂਬਸੂਰਤੀ ਤੇ ਕਦੇ ਉਹਨਾਂ ਦੀ ਸਾਦਗੀ, ਇਹੀ ਗੱਲ 1873 ਵਿੱਚ ਹੈਨਰੀ ਹੈਵਲੋਕ ਦੇ ਬਣਾਏ ਹੋਏ ਇਸ ਹੈਵਲੋਕ ਚਰਚ ਦੀ ਵੀ ਹੈ। ਇਹਦਾ ਸ਼ਾਂਤ ਵਾਤਾਵਰਣ ਤੇ ਇਸ ਦੀ ਹਰਿਆਲੀ ਇਹਦੀ ਸ਼ੋਭਾ ਨੂੰ ਹੋਰ ਵੀ ਵਧਾਉਂਦੇ ਨੇ। ਦਾਦੇ ਪੜਦਾਦਿਆਂ ਦੇ ਸਮੇਂ ਤੋਂ ਲੋਕ ਇਹਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦਾਦੇ ਪੜਦਾਦਿਆਂ ਦੀ ਪੀੜ੍ਹੀ ਅੱਜ ਤੱਕ ਇਹਦਾ ਰੱਖ ਰਖਾਓ ਕਰ ਰਹੀ ਹੈ। ਇਹਦੀ ਦੇਖਭਾਲ ਕਰਨ ਲਈ ਇਹ ਲੋਕ ਜੋ ਕੁਝ ਵੀ ਕਰਦੇ ਨੇ ਉਸ ਵਿੱਚ ਪਰਮੇਸ਼ਰ ਇਹਨਾਂ ਦੀ ਸਹਾਇਤਾ ਕਰਦਾ ਹੈ। ਇਸ ਚਰਚ ਵਿੱਚ ਜ਼ਿਆਦਾ ਬਦਲਾਵ ਤਾਂ ਨਹੀਂ ਹੋਏ, ਪਰ ਜਿੰਨੇ ਵੀ ਕੀਤੇ ਗਏ ਉਹ ਇਸ ਦੀ ਖੂਬਸੂਰਤੀ ਤੇ ਮਜ਼ਬੂਤੀ ਲਈ ਕੀਤੇ ਗਏ, ਤੇ ਇਸ ਕਰਕੇ ਵੀ ਕਿ ਲੋਕਾਂ ਨੂੰ ਇੱਥੇ ਆ ਕੇ ਆਰਾਧਨਾ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਹਦਾ ਜਿਹੜਾ ਬਾਹਰੀ ਢਾਂਚਾ ਹੈ ਉਹ 1873 ਦਾ ਹੀ ਬਣਾਇਆ ਹੋਇਆ ਹੈ। ਪਹਿਲਾਂ ਬਾਉਂਡਰੀ ਵਾਲ ਛੋਟੀ ਹੋਇਆ ਕਰਦੀ ਸੀ, ਪਰ ਹੁਣ ਬਾਉਂਡਰੀ ਵਾਲ ਉੱਚੀ ਕਰ ਦਿੱਤੀ ਗਈ ਹੈ, ਪਰ ਓਰਿਜਨਲ ਬਿਲਡਿੰਗ ਪਹਿਲਾਂ ਵਾਂਗੂ ਹੀ ਰੱਖੀ ਹੋਈ ਹੈ। ਜਿੰਨਾ ਵੀ ਲਗਭਗ ਚਰਚ ਵਿੱਚ ਫਰਨੀਚਰ ਹੈ ਉਹ ਵੀ ਉਸੇ ਸਮੇਂ ਦਾ ਉਪਯੋਗ ਕੀਤਾ ਜਾ ਰਿਹਾ ਹੈ। ਹੌਲੀ ਹੌਲੀ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਬਦਲਾਅ ਕੀਤਾ ਗਿਆ ਹੈ। ਲੋੜ ਪੈਣ 'ਤੇ ਦਰੀਜਾਂ ਫਰਸ਼ ਰੱਖਿਆ ਗਿਆ ਹੈ। ਜੇ ਤੁਸੀਂ ਇਹਦੀ ਡਿਜ਼ਾਇਨਿੰਗ ਦੇਖੋਗੇ ਤਾਂ ਇਹ ਉਸੇ ਸਮੇਂ ਦੀ ਹੈ। ਜਿਹੜੇ ਪਿੱਲਰਸ ਨੇ ਉਹ ਉਸੇ ਸਮੇਂ ਦੇ ਨੇ, 1873 ਦੇ। ਦਰਵਾਜ਼ੇ ਥੋੜ੍ਹੇ ਬਦਲੇ ਗਏ ਨੇ ਕਿਉਂਕਿ ਪਹਿਲਾਂ ਦੇ ਦਰਵਾਜ਼ੇ ਲੱਕੜੀ ਦੇ ਜਿਹੜੇ ਸਨ ਉਹ ਗਲ ਗਏ ਨੇ। ਉਹ ਬਦਲੇ ਨੇ ਪਰ ਇੰਟੀਰੀਅਰ ਚੇਂਜ ਨਹੀਂ ਕੀਤਾ ਗਿਆ, ਜਿਸ ਕਰਕੇ ਕਿ ਬਿਲਡਿੰਗ ਦੀ ਪੁਰਾਣੀ ਖੂਬਸੂਰਤੀ ਕਿਤੇ ਘੱਟ ਨਾ ਹੋ ਜਾਵੇ। ਅਤੇ ਹਰ ਬਦਲਾਵ ਦੇ ਨਾਲ ਇੱਕ ਚੀਜ਼ ਜਿਹੜੀ ਨਹੀਂ ਬਦਲੀ ਉਹ ਹੈ ਆਰਾਧਨਾ ਅਤੇ ਵਚਨ, ਜਿਹੜੇ ਹਮੇਸ਼ਾ ਤੋਂ ਇੱਕੋ ਜਿਹੇ ਨੇ ਤੇ ਹਮੇਸ਼ਾ ਰਹਿਣਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਚਰਚ ਦੀ ਸੈਰ ਪਸੰਦ ਆਈ ਹੋਏਗੀ ਤੇ ਇਹਦੇ ਨਾਲ ਜੁੜੀ ਹੋਈ ਇਤਿਹਾਸ ਨੂੰ ਵੀ ਤੁਸੀਂ ਪਸੰਦ ਕੀਤਾ ਹੈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕੌਣ ਹੈ ਜਿਹੜਾ ਕਿ ਜ਼ਿੰਦਗੀ ਦੇ ਤੂਫਾਨਾਂ ਨੂੰ ਸ਼ਾਂਤ ਕਰ ਸਕਦਾ ਹੈ। ਕੀ ਕੋਈ ਹੈ ਜੋ ਇਹਨਾਂ ਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢ ਸਕਦਾ ਸੀ? ਆਓ ਵੇਖਦੇ ਹਾਂ ਰੂਮਾ ਰੋਬਿਨਸਨ ਦੀ ਇਹ ਕਹਾਣੀ ਜੋ ਅਸੀਂ ਖਾਸ ਤੌਰ 'ਤੇ ਲੈ ਕੇ ਆਏ ਹਾਂ ਤੁਹਾਡੇ ਲਈ। ਮੇਰੇ ਹਸਬੈਂਡ ਜੋ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ, ਅਤੇ ਨਸ਼ਾ ਐਸੀ ਚੀਜ਼ ਹੈ ਜਿਸ ਨਾਲ ਆਪਣੇ ਆਪ ਪਰੇਸ਼ਾਨੀਆਂ ਆ ਜਾਂਦੀਆਂ ਹਨ, ਅਤੇ ਮੇਰੀ ਜ਼ਿੰਦਗੀ 'ਚ ਕਈ ਆਰਥਿਕ ਮੁਸ਼ਕਲਾਂ ਸਨ। ਰੂਮਾ ਆਪਣੇ ਹਾਲਾਤਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ, ਪਰ ਉਹਨਾਂ ਦੀ ਪਰੇਸ਼ਾਨੀ ਹੋਰ ਵੀ ਗੰਭੀਰ ਹੋ ਗਈ ਜਦੋਂ ਸ਼ਰਾਬ ਦੇ ਕਰਕੇ ਉਹਨਾਂ ਦੇ ਪਤੀ ਨੂੰ ਖੂਨ ਦੀਆਂ ਉਲਟੀਆਂ ਹੋਣ ਲੱਗੀਆਂ।
ਤਾਂ ਉਸ ਸਮੇਂ ਮੈਨੂੰ ਲੱਗਾ ਕਿ ਨਾ ਤੇ ਮੇਰੇ ਕੋਲ ਸ਼ਾਂਤੀ ਹੈ ਨਾ ਮੇਰੇ ਕੋਲ ਤਸੱਲੀ ਹੈ ਤੇ ਐਸੀ ਦਰਦਨਾਕ ਹਾਲਤ ਦੇ ਵਿੱਚ ਇੱਕ ਵਾਰ ਵਿਚਾਰ ਆਇਆ ਮਨ ਹੀ ਮਨ ਸੋਚਿਆ ਕਿ ਬੇਟੀ ਨੂੰ ਵੀ ਜ਼ਹਿਰ ਦੇ ਦਾਂ ਤੇ ਖੁਦ ਵੀ ਜ਼ਹਿਰ ਖਾ ਲਾਂ ਜਦੋਂ ਰੁਮਾ ਸੋਚ ਵਿੱਚ ਡੁੱਬੀ ਸੀ ਤਾਂ ਉਹਨਾਂ ਦੀ ਇੱਕ ਗੁਆਂਢਣ ਉਹਨਾਂ ਦੇ ਕੋਲ ਆਈ ਤੇ ਪਰਿਸਥਿਤੀਆਂ ਨੂੰ ਵੇਖਦੇ ਹੋਏ ਨਾਲ ਮਿਲ ਕੇ ਉਹਨਾਂ ਦੇ ਪਤੀ ਨੂੰ ਹਸਪਤਾਲ ਪਹੁੰਚਾਇਆ ਰਾਤ ਨੂੰ ਉਹਨਾਂ ਕਿਹਾ ਮੈਂ ਪ੍ਰਾਰਥਨਾ ਕਰਵਾਉਂਦੀ ਹਾਂ ਇੱਕ ਪਾਸਟਰ ਕੋਲੋਂ ਫੋਨ ਕਰਦੀ ਹਾਂ ਫੋਨ ਤੇ ਹੀ ਤੁਹਾਡੇ ਲਈ ਪ੍ਰਾਰਥਨਾ ਹੋਏਗੀ ਫੋਨ ਲਗਾਇਆ ਤੇ ਮੇਰੇ ਲਈ ਪ੍ਰਾਰਥਨਾ ਹੋਈ ਜਦੋਂ ਉਹਨਾਂ ਨੇ ਪ੍ਰਾਰਥਨਾ ਖਤਮ ਕੀਤੀ ਤਾਂ ਮੈਨੂੰ ਐਸੀ ਸ਼ਾਂਤੀ ਮਿਲੀ ਜਿਸ ਤਰ੍ਹਾਂ ਕਿ ਕਦੇ ਮੈਂ ਮਹਿਸੂਸ ਨਹੀਂ ਕੀਤੀ ਸੀ ਤੇ ਉਸ ਰਾਤ ਮੈਨੂੰ ਇਸ ਤਰ੍ਹਾਂ ਲੱਗਾ ਕਿ ਸਾਲਾਂ ਬਾਅਦ ਮੈਨੂੰ ਚੈਨ ਦੀ ਨੀਂਦ ਪ੍ਰਾਪਤ ਹੋਈ ਹੈ ਇਸ ਸ਼ਾਂਤੀ ਨੂੰ ਮਹਿਸੂਸ ਕਰਨ ਤੋਂ ਬਾਅਦ ਪਰਮੇਸ਼ਵਰ ਨੂੰ ਜਾਣਨ ਦੀ ਉਹਨਾਂ ਦੀ ਇੱਛਾ ਹੋਰ ਵੀ ਵਧਣ ਲੱਗੀ ਤੇ ਕੁਝ ਹੀ ਦਿਨਾਂ ਵਿੱਚ ਉਹ ਚਰਚ ਵੀ ਜਾਣ ਲੱਗੇ ਜਦੋਂ ਮੈਂ ਜਾਣ ਲੱਗੀ ਮੈਨੂੰ ਚੰਗਾ ਲੱਗਾ ਇੰਜ ਲੱਗਾ ਜਿਵੇਂ ਹਨੇਰੇ 'ਚੋਂ ਮੈਂ ਚਾਨਣ 'ਚ ਆ ਗਈ ਤੇ ਮੈਨੂੰ ਇੰਨੀ ਮਤਲਬ ਉੱਥੇ ਜੋ ਪਰਮੇਸ਼ਰ ਦੀ ਹਜ਼ੂਰੀ ਰਹਿੰਦੀ ਸੀ ਉਹ ਇੰਨੀ ਮਹਿਸੂਸ ਹੋਣ ਲੱਗੀ ਮੈਂ ਵੇਖਦੀ ਸੀ ਕਿ ਹਾਲਾਤ ਬੁਰੇ ਹਨ ਪਰ ਫਿਰ ਵੀ ਮੇਰੇ ਮਨ ਦੇ ਵਿੱਚ ਇੱਕ ਸ਼ਾਂਤੀ ਹੈ ਤੇ ਮੇਰਾ ਵਿਸ਼ਵਾਸ ਹੋਰ ਵੱਧਦਾ ਚਲਾ ਗਿਆ ਪਰ ਉਸੇ ਦੌਰਾਨ ਪਤੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਜਦੋਂ ਮੌਤ ਹੋ ਗਈ ਤਾਂ ਮੈਂ ਮਤਲਬ ਅੰਦਰੇ ਅੰਦਰ ਬਹੁਤ ਹੀ ਟੁੱਟ ਚੁੱਕੀ ਸੀ ਕਿਉਂਕਿ ਉਸ ਸਮੇਂ ਤੱਕ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਮੈਂ ਬਿਲਕੁਲ ਜਿਸ ਤਰ੍ਹਾਂ ਬੇਸੁੱਧ ਸੀ 2 ਦਿਨ ਤੱਕ ਮੈਨੂੰ ਮਤਲਬ ਬਿਲਕੁਲ ਹੋਸ਼ ਨਹੀਂ ਸੀ ਪਤੀ ਦੀ ਮੌਤ ਤੋਂ ਬਾਅਦ ਰੋਮਾ ਬਹੁਤ ਹੀ ਇਕੱਲੀ ਹੋ ਗਈ ਸੀ ਪਰ ਉਹਨਾਂ ਨੇ ਕਦੇ ਵੀ ਪ੍ਰਾਰਥਨਾ ਕਰਨਾ ਤੇ ਬਾਈਬਲ ਪੜ੍ਹਨਾ ਨਹੀਂ ਛੱਡਿਆ ਜਦੋਂ ਪਰਮੇਸ਼ਵਰ ਆਪਣੇ ਵਚਨ ਰਾਹੀਂ ਗੱਲ ਕਰਦਾ ਸੀ ਦਾਸ ਰਾਹੀਂ ਗੱਲ ਕਰਦਾ ਸੀ ਤੇ ਜਦੋਂ ਉਸਨੇ ਦੂਜੀਆਂ ਮਸੀਹੀ ਕਿਤਾਬਾਂ ਦੇ ਰਾਹੀਂ ਮੇਰੇ ਨਾਲ ਗੱਲ ਕੀਤੀ ਤਾਂ ਮੇਰਾ ਵਿਸ਼ਵਾਸ ਵਧਿਆ ਹਾਲਾਤ ਭਾਵੇਂ ਕੁਝ ਵੀ ਹੋਣ ਨਾ ਪ੍ਰਭੂ ਮੈਨੂੰ ਛੱਡੇਗਾ ਨਾ ਤਿਆਗੇਗਾ ਤੇ ਹਰ ਕਦਮ ਮੇਰੇ ਹੰਝੂ ਪੂੰਝਦਾ ਰਹੇਗਾ ਤੇ ਪਰਮੇਸ਼ਵਰ ਨੇ ਮੇਰੇ ਜੀਵਨ ਵਿੱਚ ਵਾਕਿਆ ਮਤਲਬ ਹਰ ਕਦਮ ਤੇ ਪਰਮੇਸ਼ਵਰ ਨੇ ਮੇਰੇ ਹੰਝੂ ਪੂੰਝੇ ਨਾ ਮੇਰੇ ਹੀ ਸਗੋਂ ਮੇਰੀ ਬੇਟੀ ਤੇ ਵੀ ਹੰਝੂਆਂ ਨੂੰ ਪੂੰਝਿਆ ਤੇ ਉੱਤਮ ਢੰਗ ਨਾਲ ਉਹਨਾਂ ਮੁਸ਼ਕਲ ਹਾਲਾਤਾਂ ਵਿੱਚ ਵੀ ਉੱਤਮ ਢੰਗ ਨਾਲ ਰੱਖਿਆ ਜੋ ਸ਼ਾਇਦ ਕੋਈ ਨਾ ਰੱਖ ਸਕਦਾ ਪਰ ਪਰਮੇਸ਼ਵਰ ਨੇ ਇਸ ਤਕਲੀਫ ਵਿੱਚੋਂ ਬਾਹਰ ਨਿਕਲਣ ਦੇ ਨਾਲ ਨਾਲ ਉਹਨਾਂ ਦੇ ਲਈ ਕੁਝ ਹੋਰ ਵੀ ਯੋਜਨਾ ਰੱਖੀ ਸੀ ਮਤਲਬ ਜਿਸ ਤਰ੍ਹਾਂ ਲੋਕਾਂ ਵੱਲੋਂ ਸਮਾਜ ਵੱਲੋਂ ਇਸ ਗੱਲ ਦਾ ਦਬਾਅ ਆਉਣ ਲੱਗਾ ਕਿ ਸ਼ਾਦੀ ਕਰ ਲੈ ਕਿਉਂਕਿ ਮੈਂ ਇਸ ਗੱਲ ਲਈ ਪ੍ਰਾਰਥਨਾ ਕਰਦੀ ਸੀ ਕਿ ਪਰਮੇਸ਼ਵਰ ਜੇਕਰ ਜਿਹੜਾ ਵੀ ਉਹ ਇਨਸਾਨ ਹੈ ਜੋ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ ਉਹ ਮੇਰੀ ਬੇਟੀ ਨੂੰ ਗ੍ਰਹਿਣ ਕਰੇ ਵਧੀਆ ਢੰਗ ਨਾਲ ਕਿ ਉਸ ਨੂੰ ਪਿਤਾ ਦਾ ਸੱਚਾ ਪਿਆਰ ਮਿਲ ਸਕੇ ਪਰਮੇਸ਼ਵਰ ਤੇ ਭਰੋਸਾ ਰੱਖਣ ਵਾਲੀ ਰੋਮਾ ਨੇ ਇਸ ਨੂੰ ਪ੍ਰਾਰਥਨਾ 'ਚ ਰੱਖਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਜਦੋਂ ਮੈਂ ਲਗਾਤਾਰ ਜਾਣ ਲੱਗੀ ਤਾਂ ਜੋ ਪਾਸਟਰ ਨੇ ਤਾਂ ਉਹਨਾਂ ਦੇ ਨਾਲ ਜਦੋਂ ਮਤਲਬ ਮੇਰੀ ਗੱਲਬਾਤ ਹੋਣ ਲੱਗੀ ਤਾਂ ਉਹਨਾਂ ਦੇ ਦਿਲ 'ਚ ਪਰਮੇਸ਼ਵਰ ਨੇ ਕੰਮ ਕੀਤਾ ਕਿ ਉਹ ਰੁਚੀ ਵਿਖਾਉਣ ਲੱਗੇ ਅਤੇ ਮੇਰੀ ਬੇਟੀ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਲਗਾਵ ਸੀ ਇਹਨਾਂ ਸਭ ਗੱਲਾਂ ਦੇ ਹੋਣ ਵਿੱਚ ਕਾਫੀ ਸਮਾਂ ਲੱਗਾ ਲੇਕਿਨ ਪ੍ਰਭੂ ਨੇ ਸਾਰੀਆਂ ਗੱਲਾਂ ਨੂੰ ਜਿੰਨੇ ਵੀ ਮੈਂ ਚਿੰਨ੍ਹ ਮੰਗੇ ਸੀ ਪ੍ਰਭੂ ਨੇ ਉਹ ਪੂਰੇ ਕੀਤੇ ਤੇ ਫਿਰ ਮੈਂ ਇਹ ਫੈਸਲਾ ਕੀਤਾ ਕਿ ਜਦੋਂ ਇਹ ਸਭ ਗੱਲਾਂ ਤੁਹਾਡੇ ਵੱਲੋਂ ਹਨ ਤਾਂ ਫਿਰ ਮੈਂ ਇਸ ਗੱਲ ਲਈ ਹਾਂ ਕਰਾਂਗੀ ਅੱਜ ਰੋਮਾ ਦੀ ਜ਼ਿੰਦਗੀ ਨੂੰ ਪਰਮੇਸ਼ਵਰ ਨੇ ਬਹੁਤ ਸਾਰੀਆਂ ਬਰਕਤਾਂ ਨਾਲ ਭਰ ਦਿੱਤਾ ਹੈ ਉਹ ਬੀਤੇ ਹੋਏ ਕੱਲ ਨੂੰ ਪਿੱਛੇ ਛੱਡ ਕੇ ਆਪਣੇ ਅੱਜ ਨੂੰ ਪਰਮੇਸ਼ਵਰ ਦੀਆਂ ਇੱਛਾਵਾਂ ਦੇ ਅਨੁਸਾਰ ਬਹੁਤ ਖੁਸ਼ੀ ਨਾਲ ਬਿਤਾ ਰਹੇ ਹਨ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਜਿਸ ਤਰ੍ਹਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਤੇਰੇ ਅਪਮਾਨ ਦੇ ਬਦਲੇ ਮੈਂ ਤੈਨੂੰ ਦੁੱਗਣਾ ਹਿੱਸਾ ਦਿਆਂਗਾ ਵਾਕਈ ਪ੍ਰਭੂ ਨੇ ਮੇਰੇ ਅਪਮਾਨ ਬਦਲੇ ਮੈਨੂੰ ਦੁੱਗਣਾ ਹਿੱਸਾ ਦਿੱਤਾ ਕਿ ਉਸਨੇ ਮੇਰੇ ਜੀਵਨ 'ਚ ਇੰਨਾ ਉਪਕਾਰ ਕੀਤਾ ਹੈ ਮੇਰੇ ਹੰਝੂਆਂ ਨੂੰ ਪੂੰਝਿਆ ਹੈ ਮੈਨੂੰ ਸ਼ਾਂਤੀ ਤਸੱਲੀ ਦਿੱਤੀ ਹੈ ਤੇ ਵਾਕਈ ਸ਼ਾਂਤੀ ਤਸੱਲੀ ਕੋਈ ਹੋਰ ਨਹੀਂ ਦੇ ਸਕਦਾ ਸਿਰਫ ਪ੍ਰਭੂ ਨੇ ਦਿੱਤੀ ਹੈ ਤੇ ਹੁਣ ਤੱਕ ਪਰਮੇਸ਼ਵਰ ਨੇ ਉਸ ਚੀਜ਼ ਨੂੰ ਬਣਾ ਕੇ ਰੱਖਿਆ ਹੈ ਤੇ ਆਪਣੇ ਆਨੰਦ ਨਾਲ ਮੈਨੂੰ ਭਰਿਆ ਹੈ ਉਸ ਦੇ ਲਈ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਲਹਿਰਾਂ ਨੂੰ ਮੋੜ ਦਿੰਦੇ ਨੇ ਹੁਣੇ ਅਸੀਂ ਰੁਮਾ ਜੀ ਦੀ ਇਸ ਕਹਾਣੀ ਨੂੰ ਦੇਖਿਆ ਤੇ ਜਾਣਿਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਹੀ ਹਨ ਜਿਹੜੇ ਕਿ ਹਰ ਤੂਫਾਨ ਨੂੰ ਸ਼ਾਂਤ ਕਰ ਸਕਦੇ ਨੇ ਮੈਂ ਇੱਕ ਸਟੋਰੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਪ੍ਰਭੂ ਯੇਸ਼ੂ ਮਸੀਹ ਦੀ ਕਰੂਸੀਫਿਕੇਸ਼ਨ ਯਾਨੀ ਕਿ ਸੂਲੀ ਤੋਂ ਚੜ੍ਹਾਉਣ ਤੋਂ ਪਹਿਲੇ ਦੀ ਗੱਲ ਹੈ ਕਿ ਜਦੋਂ ਉਹ ਸਾਈਮਨ ਨਾਮ ਦੇ ਇੱਕ ਬੰਦੇ ਦੇ ਘਰ ਰੋਟੀ 'ਤੇ ਗਏ ਉੱਥੇ ਉਸ ਬੰਦੇ ਨੇ ਤਾਂ ਪ੍ਰਭੂ ਦੇ ਪੈਰ ਨਹੀਂ ਧੋਤੇ ਪਰ ਇੱਕ ਐਸੀ ਮਹਿਲਾ ਆਈ ਜਿਸ ਦੇ ਪਾਪ ਮਾਫ਼ ਹੋ ਚੁੱਕੇ ਸੀ ਜਿਸ ਨੂੰ ਪਰਮੇਸ਼ਵਰ ਨੇ ਖਿਮਾ ਕੀਤਾ ਸੀ ਉਹ ਪਰਮੇਸ਼ਵਰ ਤੋਂ ਇੰਨੀ ਪ੍ਰਭਾਵਿਤ ਸੀ ਅਤੇ ਆਊਟ ਆਫ ਥੈਂਕਫੁਲਨੈਸ ਉਹ ਪਰਮੇਸ਼ਵਰ ਦਾ ਧੰਨਵਾਦ ਦਿੰਦੀ ਹੋਈ ਪ੍ਰਭੂ ਦੇ ਕੋਲ ਆਈ ਅਤੇ ਪ੍ਰਭੂ ਦੇ ਪੈਰਾਂ ਨੂੰ ਆਪਣੇ ਆਂਸੂਆਂ ਦੇ ਨਾਲ ਪੂੰਝਣ ਲੱਗ ਪਈ ਸਾਫ਼ ਕਰਨ ਲੱਗ ਪਈ ਅਤੇ ਆਪਣੇ ਬਾਲਾਂ ਦੇ ਨਾਲ ਉਹਨਾਂ ਨੂੰ ਵਾਈਪ ਆਫ ਕਰਨ ਲੱਗ ਪਈ ਅਤੇ ਉਸ ਤੋਂ ਬਾਅਦ ਉਸਨੇ ਇੱਕ ਪਰਫਿਊਮ ਦੀ ਬੋਟਲ ਖੋਲ੍ਹੀ ਅਤੇ ਉਸ ਇਤਰ ਨੂੰ ਪਰਮੇਸ਼ਵਰ ਦੇ ਪੈਰਾਂ ਦੇ ਉੱਤੇ ਮਲਣਾ ਸ਼ੁਰੂ ਕਰ ਦਿੱਤਾ ਉਸ ਜਗ੍ਹਾ ਦੇ ਵਿੱਚ ਬੈਠੇ ਹੋਏ ਲੋਕ ਉਸ ਔਰਤ ਦੇ ਬਾਰੇ ਨਾ ਜਾਣੇ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ
ਕੋਈ ਇਹ ਗੱਲ ਵੀ ਕਹਿ ਰਿਹਾ ਸੀਗਾ ਕਿ ਜੇ ਰੱਬ ਨੂੰ ਪਤਾ ਹੁੰਦਾ ਕਿ ਇਹ ਕਿਹੋ ਜਿਹੀ ਔਰਤ ਹੈ ਤੇ ਇਸ ਦੇ ਕੋਲੋਂ ਆਪਣੇ ਆਪ ਨੂੰ ਪੈਰਾਂ ਨੂੰ ਹੱਥ ਨਾ ਲਵਾਉਂਦੇ। ਕਈ ਇਹ ਵੀ ਕਹਿ ਰਹੇ ਸੀ ਕਿ ਜੇ ਇਹ ਰੱਬ ਦਾ ਬੰਦਾ ਹੈ ਤੇ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਔਰਤ ਕਿਹੋ ਜਿਹੀ ਹੈ। ਉਹ ਔਰਤ ਉਸ ਜਗ੍ਹਾ ਦੇ ਵਿੱਚ ਲੋਕਾਂ ਦੇ ਗੱਲਾਂ ਦੇ ਤੂਫਾਨ ਦੇ ਵਿੱਚ ਘਿਰੀ ਹੋਈ ਸੀ। ਵੱਖ ਵੱਖ ਤਰ੍ਹਾਂ ਲੋਕ ਉਸ ਨੂੰ ਗੱਲਾਂ ਕਰ ਰਹੇ ਸੀ, ਵੱਖ ਵੱਖ ਨਜ਼ਰੀਏ ਦੇ ਨਾਲ ਉਸਨੂੰ ਦੇਖਿਆ ਜਾ ਰਿਹਾ ਸੀ, ਪਰ ਉਸਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਸਨੇ ਕਿਸੇ ਦੇ ਵੱਲ ਨਹੀਂ ਦੇਖਿਆ। ਪਰ ਪਰਮੇਸ਼ਵਰ ਨੇ ਇੱਕ ਗੱਲ ਜ਼ਰੂਰ ਕਹੀ, ਕਹਿੰਦੇ ਕਿ ਜਦੋਂ ਵੀ ਹਿਸਟਰੀ ਦੇ ਵਿੱਚ ਗੱਲ ਕੀਤੀ ਜਾਏਗੀ, ਇਤਿਹਾਸ ਦੇ ਵਿੱਚ ਜਦੋਂ ਵੀ ਜ਼ਿਕਰ ਕੀਤਾ ਜਾਏਗਾ ਤੇ ਇਸ ਔਰਤ ਦਾ ਜ਼ਿਕਰ ਜ਼ਰੂਰ ਆਏਗਾ ਕਿ ਉਸਨੇ ਪਰਮੇਸ਼ਵਰ ਦੇ ਲਈ ਕੀ ਕੁਛ ਕੀਤਾ। ਉਸਨੇ ਆਪਣੇ ਆਪ ਨੂੰ ਤੁੱਛ ਕਰ ਦਿੱਤਾ, ਯਾਨੀ ਕਿ ਉਹਨੇ ਸਾਰਾ ਤੂਫਾਨਾਂ ਨੂੰ, ਉਹਨਾਂ ਸਾਰੀਆਂ ਗੱਲਾਂ ਨੂੰ, ਉਹਨਾਂ ਸਾਰੀਆਂ ਐਕਿਊਜ਼ੇਸ਼ਨਸ ਨੂੰ ਪਰਮੇਸ਼ਵਰ ਨੇ ਉੱਥੇ ਹੀ ਰੋਕ ਦਿੱਤਾ, ਪ੍ਰਭੂ ਨੇ ਉੱਥੇ ਹੀ ਥੰਮ ਕੇ ਰੱਖ ਦਿੱਤਾ ਤਾਂ ਜੋ ਉਸ ਔਰਤ ਦਾ ਨਾਮ ਦਰਜ ਕੀਤਾ ਜਾ ਸਕੇ ਇਤਿਹਾਸ ਦੇ ਵਿੱਚ, ਅਤੇ ਉਹ ਵੀ ਪਰਮੇਸ਼ਵਰ ਦੇ ਵਾਸਤੇ ਇੱਕ ਰਿਸਪੈਕਟੇਬਲ ਔਰਤ ਠਹਿਰੀ ਜਿਸਨੇ ਪ੍ਰਭੂ ਦੀ ਬੜੀ ਇੱਜ਼ਤ ਕੀਤੀ। ਮੈਨੂੰ ਨਹੀਂ ਪਤਾ ਕਿ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਤੂਫਾਨ ਹੈ। ਹੋ ਸਕਦਾ ਹੈ ਮੁਸੀਬਤ, ਹੋ ਸਕਦਾ ਹੈ ਪਰੇਸ਼ਾਨੀ, ਹੋ ਸਕਦਾ ਹੈ ਬਿਮਾਰੀ, ਹੋ ਸਕਦਾ ਹੈ ਕਿ ਲੋਕ ਤੁਹਾਡੇ ਖਿਲਾਫ਼ ਖੜ੍ਹੇ ਹੋ ਚੁੱਕੇ ਨੇ ਅਤੇ ਤੁਹਾਨੂੰ ਐਕਿਊਜ਼ ਕਰ ਰਹੇ ਨੇ, ਤੁਹਾਡੇ 'ਤੇ ਦੋਸ਼ ਲਗਾ ਰਹੇ ਨੇ। ਪਰ ਮੈਂ ਇੰਨਾ ਜਾਣਦੀ ਹਾਂ ਕਿ ਹਰ ਤੂਫਾਨ ਨੂੰ ਸ਼ਾਂਤ ਕਰਨ ਦੀ ਸਮਰੱਥ ਸਿਰਫ ਪਰਮੇਸ਼ਵਰ ਦੇ ਕੋਲ ਹੈ। ਪ੍ਰਭੂ ਯੇਸ਼ੂ ਮਸੀਹ ਨੇ ਆਤਮਿਕ ਤੌਰ 'ਤੇ ਵੀ ਅਤੇ ਫਿਜ਼ੀਕਲ ਤੌਰ 'ਤੇ ਵੀ ਅਲੱਗ ਅਲੱਗ ਜਗ੍ਹਾਵਾਂ ਉੱਤੇ ਲੋਕਾਂ ਦੇ ਵਾਸਤੇ ਤੂਫਾਨਾਂ ਨੂੰ ਸ਼ਾਂਤ ਕੀਤਾ। ਉਹ ਤੁਹਾਡੇ ਤੂਫਾਨਾਂ ਨੂੰ ਵੀ ਸ਼ਾਂਤ ਕਰਨਾ ਜਾਣਦੇ ਹਨ। ਆਓ ਜ਼ਰਾ ਨਜ਼ਰ ਪਾਈਏ ਇਸ ਵਚਨ 'ਤੇ ਅਤੇ ਜਾਣੀਏ ਕਿ ਕਿਸ ਤਰ੍ਹਾਂ ਇਹ ਵਚਨ ਅੱਜ ਤੁਹਾਨੂੰ ਹੌਸਲਾ ਦੇਣਾ ਚਾਹ ਰਿਹਾ ਹੈ। ਰੋਮੀਓ ਨੂੰ 8:31। ਇਸ ਲਈ ਹੁਣ ਅਸੀਂ ਇਹਨਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ਵਰ ਸਾਡੇ ਨਾਲ ਹੈ ਫਿਰ ਸਾਨੂੰ ਕੌਣ ਹਰਾ ਸਕਦਾ ਹੈ? ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਹੱਥ ਨੂੰ ਪਕੜੋਗੇ ਤਾਂ ਜੋ ਤੁਸੀਂ ਵੀ ਆਪਣੇ ਤੂਫਾਨਾਂ 'ਚੋਂ ਬਾਹਰ ਆ ਸਕੋਗੇ, ਹਨੇਰੀਆਂ ਨੂੰ ਥੰਮਦੇ ਹੋਏ ਅਤੇ ਸ਼ਾਂਤ ਹੁੰਦੇ ਹੋਏ ਦੇਖ ਸਕੋਗੇ। ਜੇਕਰ ਪਰਮੇਸ਼ਵਰ ਦੀ ਹਜ਼ੂਰੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਲਰੇਡੀ ਮਹਿਸੂਸ ਕਰ ਚੁੱਕੇ ਹੋ, ਆਪਣੀ ਗਵਾਹੀ ਦੇਣਾ ਨਾ ਭੁੱਲਣਾ, ਕਿਉਂਕਿ ਤੁਹਾਡੀ ਗਵਾਹੀ ਜਿਹੜੀ ਹੈ ਦੂਸਰਿਆਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਜ਼ਰੂਰ ਮਦਦਗਾਰ ਸਾਬਿਤ ਹੋਵੇਗੀ। ਸਾਨੂੰ ਕੰਟੈਕਟ ਕਰੋ ਇਸ ਨੰਬਰ ਦੇ ਉੱਤੇ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਗਵਾਹੀ ਸਾਡੇ ਤੱਕ ਲੈ ਕੇ ਆਓ, ਇਸ ਨੂੰ ਅਸੀਂ ਦੂਸਰਿਆਂ ਤੱਕ ਜ਼ਰੂਰ ਪਹੁੰਚਾਵਾਂਗੇ। ਅਤੇ ਦੇਰ ਨਾ ਕਰੋ, ਇਸੇ ਵੇਲੇ ਆਪਣੇ ਫੋਨ ਨੂੰ ਚੁੱਕੋ, ਸਾਡੇ ਨਾਲ ਸੰਪਰਕ ਕਰੋ, ਕਿਉਂਕਿ ਸਾਨੂੰ ਤੁਹਾਡੇ ਸੰਪਰਕ ਦਾ ਇੰਤਜ਼ਾਰ ਹੈ। ਹੁਣ ਸਮਾਂ ਆ ਗਿਆ ਇੱਕ ਛੋਟੀ ਬ੍ਰੇਕ ਲੈਣ ਦਾ, ਲੇਕਿਨ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਵਾਪਸ ਆ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ CBN ਫਾਊਂਡੇਸ਼ਨ ਉਪਰਾਲੇ ਕਰਦੀ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦੇ ਲਈ। ਇਸ ਭੱਜ ਦੌੜ ਨਾਲ ਭਰੀ ਜ਼ਿੰਦਗੀ ਵਿੱਚ ਸਾਡੇ ਅਤੇ ਤੁਹਾਡੇ ਲਈ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਆਪਣੇ ਲਈ ਸਮਾਂ ਕੱਢਣਾ। ਕਦੇ-ਕਦੇ ਸਾਨੂੰ ਇਸ ਦੌਰਾਨ ਆਪਣੇ ਪਸੰਦੀਦਾ TV ਸ਼ੋਅ ਇੱਕ ਨਵੀਂ ਜ਼ਿੰਦਗੀ ਨੂੰ ਵੇਖਣ ਦਾ ਵੀ ਮੌਕਾ ਨਹੀਂ ਮਿਲ ਪਾਉਂਦਾ। ਜੇਕਰ ਅਜਿਹਾ ਹੈ ਤਾਂ ਤੁਸੀਂ ਉਸ ਨੂੰ ਵੇਖ ਸਕਦੇ ਹੋ CBN ਇੰਡੀਆ ਦੇ YouTube ਚੈਨਲ 'ਤੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਸੁਵਿਧਾ ਅਨੁਸਾਰ ਆਪਣੇ ਪਸੰਦੀਦਾ ਸ਼ੋਅ ਨੂੰ ਵੇਖੋ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਅਜਿਹੇ ਬੱਚੇ ਦੇ ਨਾਲ ਜਿਸ ਦੀ ਜ਼ਿੰਦਗੀ ਨੂੰ ਸਵਾਰਿਆ CBN ਫਾਊਂਡੇਸ਼ਨ ਨੇ। ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅੰਜੀ ਰੈਡੀ ਦੇ ਨਾਲ। ਪੜ੍ਹਾਈ ਕਰਨ ਦੇ ਉਤਸੁਕਤਾ ਰੱਖਣ ਵਾਲਾ ਇਹ ਬੱਚਾ ਪੜ੍ਹ ਨਹੀਂ ਪਾ ਰਿਹਾ ਸੀ, ਡਰ ਅਤੇ ਰਿਸੋਰਸਿਸ ਦੀ ਕਮੀ ਦੇ ਵਜ੍ਹਾ ਦੇ ਨਾਲ ਅੱਗੇ ਵੱਧ ਨਹੀਂ ਪਾ ਰਿਹਾ ਸੀ। ਪਰ CBN ਫਾਊਂਡੇਸ਼ਨ ਦੇ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੇ ਰਾਹੀਂ ਹੁਣ ਇਹ ਬੱਚਾ ਆਪਣੇ ਜੀਵਨ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। 13 ਸਾਲ ਦਾ ਅੰਜੀ ਰੈਡੀ ਆਪਣੀ ਮਾਂ ਅਤੇ ਆਪਣੇ ਭਰਾ ਦੇ ਸਹਾਰੇ ਤੋਂ ਬਿਨਾਂ ਸਕੂਲ ਨਹੀਂ ਸੀ ਜਾ ਸਕਦਾ। ਮੇਰੇ 2 ਬੇਟੇ ਹਨ। ਵੱਡੇ ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹੀ ਉਸਨੂੰ ਦੌਰੇ ਪੈਣ ਲੱਗ ਪਏ ਸਨ। ਅਸੀਂ ਉਸਦਾ ਇਲਾਜ ਕਰਵਾਉਣ ਲਈ ਕਾਫ਼ੀ ਜੱਦੋਜਹਿਦ ਕੀਤੀ ਕਿ ਉਹ ਚੱਲ ਸਕੇ। ਅਸੀਂ ਉਸਦੇ ਲਈ ਇੱਕ ਵ੍ਹੀਲਚੇਅਰ ਖਰੀਦਣਾ ਚਾਹੁੰਦੇ ਸੀ ਅਤੇ ਉਸ ਦੇ ਲਈ ਅਸੀਂ 10,000 ਰੁਪਏ ਵੀ ਬਚਾ ਕੇ ਰੱਖੇ ਸਨ। ਪਰ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਤਾਂ ਉਹ ਸਾਰਾ ਪੈਸਾ ਮੇਰੇ ਇਲਾਜ 'ਤੇ ਖਰਚ ਹੋ ਗਿਆ, ਤਾਂ ਅਸੀਂ ਉਸ ਦੇ ਲਈ ਵ੍ਹੀਲਚੇਅਰ ਨਹੀਂ ਖਰੀਦ ਸਕੇ। ਅੰਜੀ ਦੀ ਮਾਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਸੀ, ਕਿਉਂਕਿ ਅੰਜੀ ਕੋਲ ਹਮੇਸ਼ਾ ਕਿਸੇ ਨਾ ਕਿਸੇ ਨੂੰ ਰਹਿਣਾ ਪੈਂਦਾ ਸੀ। ਉਸ ਦੀ ਮਾਂ ਦੇ ਲਈ ਕੰਮ ਕਰਨਾ ਕਾਫ਼ੀ ਮੁਸ਼ਕਿਲ ਸੀ। ਉਸ ਦੀ ਮਾਂ ਨੂੰ ਬਹੁਤ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਉਸ ਦੇ ਪਿਤਾ ਦਾ ਵੀ ਇਲਾਜ ਚੱਲ ਰਿਹਾ ਸੀ। ਅਸੀਂ ਬਹੁਤ ਜ਼ਿਆਦਾ ਸੰਘਰਸ਼ ਕਰ ਰਹੇ ਹਾਂ। ਮੈਂ ਹਰ ਰੋਜ਼ ਅਥਰੂ ਵਹਾ ਕੇ ਰੋਂਦੀ ਹਾਂ, ਪਰ ਉਹਨਾਂ ਦੇ ਸਾਹਮਣੇ ਨਹੀਂ। ਅੰਜੀ ਅਤੇ ਉਸਦੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਵਿੱਚ ਕਿਤੇ ਕੋਈ ਉਮੀਦ ਨਜ਼ਰ ਨਹੀਂ ਸੀ ਆ ਰਹੀ। ਫਿਰ ਇੱਕ ਸਥਾਨਕ ਪਾਸਟਰ
ਉਹਨਾਂ ਦੇ ਘਰ ਆਇਆ ਅਤੇ ਉਹਨਾਂ ਨੂੰ ਮੁਫਤ ਵ੍ਹੀਲਚੇਅਰ ਵੰਡਣ ਦੇ ਇਵੈਂਟ ਦੇ ਬਾਰੇ ਵਿੱਚ ਦੱਸਿਆ ਜੋ ਕਿ ਸੀਬੀਐਨ ਫਾਊਂਡੇਸ਼ਨ ਦੀ ਮਦਦ ਨਾਲ ਹੋ ਰਿਹਾ ਸੀ। ਹੁਣ ਮੇਰੇ ਬੇਟੇ ਨੂੰ ਵ੍ਹੀਲਚੇਅਰ ਮਿਲ ਗਈ ਹੈ ਅਤੇ ਉਹ ਆਪਣੇ ਆਪ ਘੁੰਮ ਸਕਦਾ ਹੈ। ਵ੍ਹੀਲਚੇਅਰ ਦੇ ਲਈ ਸੀਬੀਐਨ ਫਾਊਂਡੇਸ਼ਨ ਦਾ ਬਹੁਤ ਧੰਨਵਾਦ। ਇਸ ਵ੍ਹੀਲਚੇਅਰ ਦੇ ਮਿਲਣ ਨਾਲ ਉਹਨਾਂ ਦਾ ਆਰਥਿਕ ਤਣਾਅ ਦੂਰ ਹੋ ਗਿਆ ਹੈ ਅਤੇ ਹੁਣ ਅੰਜੀ ਲਈ ਇੱਧਰ ਉੱਧਰ ਜਾਣਾ ਬਹੁਤ ਆਸਾਨ ਹੋ ਗਿਆ ਹੈ। ਉਹ ਖੁਸ਼ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਤੇ ਬੋਝ ਨਹੀਂ ਹੈ। ਜਦੋਂ ਮੈਨੂੰ ਇਹ ਵ੍ਹੀਲਚੇਅਰ ਮਿਲੀ ਮੈਂ ਬਹੁਤ ਖੁਸ਼ ਹੋ ਗਿਆ। ਹੁਣ ਮੇਰੇ ਲਈ ਕਿਤੇ ਵੀ ਜਾਣਾ ਆਸਾਨ ਹੈ। ਵ੍ਹੀਲਚੇਅਰ ਦੇਣ ਲਈ ਧੰਨਵਾਦ ਸੀਬੀਐਨ ਫਾਊਂਡੇਸ਼ਨ। ਦੋਸਤੋ ਹੁਣੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅੰਜੀ ਰੈੱਡੀ ਦਾ ਜੀਵਨ ਜਿਹੜਾ ਹੈ ਉਹ ਸੀਬੀਐਨ ਫਾਊਂਡੇਸ਼ਨ ਅਤੇ ਤੁਹਾਡੇ ਵਰਗੇ ਅਨੁਦਾਨ ਦੇਣ ਵਾਲੇ ਇਨਸਾਨਾਂ ਦੀ ਮਦਦ ਦੇ ਨਾਲ ਹੁਣ ਸੁਖਾਲਾ ਹੋ ਗਿਆ ਹੈ। ਅੰਜੀ ਰੈੱਡੀ ਵਰਗੇ ਹੋਰ ਬੱਚਿਆਂ ਦੀ ਮਦਦ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਕਦਮ ਚੁੱਕੋ, ਅੱਜ ਹੀ ਸਾਡੇ ਨਾਲ ਕੰਟੈਕਟ ਕਰੋ ਕਿਉਂਕਿ ਤੁਹਾਡਾ ਭੇਜਿਆ ਗਿਆ ਅਨੁਦਾਨ ਅਜਿਹੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾ ਸਕਦਾ ਹੈ। ਸਾਨੂੰ ਸੰਪਰਕ ਕਰਨ ਲਈ ਇਹ ਰਿਹਾ ਸਾਡਾ ਪਤਾ। ਸੀਬੀਐਨ ਫਾਊਂਡੇਸ਼ਨ, ਪੀਚ ਟ੍ਰੀ ਕੰਪਲੈਕਸ, ਤੀਸਰੀ ਮੰਜ਼ਿਲ, ਬਲਾਕ ਸੀ, ਸੁਸ਼ਾਂਤ ਲੋਕ 1, ਗੁਰੂਗ੍ਰਾਮ, ਦਿੱਲੀ NCR 12209, ਭਾਰਤ। ਆਨਲਾਈਨ ਡੋਨੇਸ਼ਨਸ www.cbn.in। ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੀਬੀਐਨ ਫਾਊਂਡੇਸ਼ਨ ਦੇ ਵਿੱਚ ਹਾਲੇ ਤੱਕ ਅਸੀਂ ਤਕਰੀਬਨ 50,000 ਮੈਡੀਕਲ ਕੈਂਪ ਲਗਾ ਚੁੱਕੇ ਹਾਂ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੇ ਬਹੁਤ ਸਾਰੇ ਲੋਕਾਂ ਤੱਕ ਫ੍ਰੀ ਡਾਕਟਰੀ ਸਹਾਇਤਾ ਪਹੁੰਚੇ ਤਾਂ ਤੁਸੀਂ ਸਾਡੇ ਨਾਲ ਪਾਰਟਨਰ ਬਣ ਸਕਦੇ ਹੋ। ਤੁਸੀਂ ਆਪਣੇ ਯੋਗਦਾਨ ਨੂੰ, ਜਿਹੜੇ ਕਿ 5,000 ਪ੍ਰਤੀ ਮਾਹ ਦੀ ਯੋਗਦਾਨ ਦੀ ਰਾਸ਼ੀ ਹੈ, ਇਸ ਨੂੰ ਤੁਸੀਂ ਸਾਡੇ ਤੱਕ ਭਿਜਵਾ ਸਕਦੇ ਹੋ ਅਤੇ ਸਾਡੇ ਇਹਨਾਂ ਕੰਮਾਂ ਦੇ ਵਿੱਚ ਸਾਂਝੇਦਾਰ ਬਣ ਸਕਦੇ ਹੋ। ਆਪਣੇ ਯੋਗਦਾਨ ਨੂੰ ਤੁਸੀਂ ਸਾਡੇ ਤੱਕ ਪੇਟੀਐਮ ਦੇ ਜ਼ਰੀਏ ਨਾਲ ਵੀ ਭਿਜਵਾ ਸਕਦੇ ਹੋ। ਪੇਟੀਐਮ ਐਪ ਦੇ ਵਿੱਚ ਜਾ ਕੇ ਪੇ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਸਾਡੇ QR ਕੋਡ ਨੂੰ ਸਕੈਨ ਕਰੋ। ਇਹ ਕੋਡ ਤੁਹਾਨੂੰ ਸਾਡੇ ਵੈਬਸਾਈਟ www.cbn.in ਤੇ ਮਿਲ ਜਾਏਗਾ। ਦੋਸਤੋ ਇੱਕ ਵਾਰ ਫਿਰ ਸਮਾਂ ਆ ਗਿਆ ਇੱਕ ਛੋਟੀ ਬ੍ਰੇਕ ਲੈਣ ਦਾ, ਲੇਕਿਨ ਤੁਸੀਂ ਕਿਧਰੇ ਨਾ ਜਾਣਾ ਕਿਉਂਕਿ ਵਾਪਸ ਆ ਕੇ ਅਸੀਂ ਕਰਾਂਗੇ ਤੁਹਾਡੇ ਲਈ ਪ੍ਰਾਰਥਨਾ, ਪੜ੍ਹ ਕੇ ਤੁਹਾਡੇ ਪ੍ਰਾਰਥਨਾ ਨਿਵੇਦਨ। ਕੁਝ ਬਿਹਤਰੀਨ ਕਹਾਣੀਆਂ, ਕੁਝ ਨਵੀਂ ਸਿੱਖਿਆ ਇੱਕ ਨਵੇਂ ਅੰਦਾਜ਼ ਦੇ ਨਾਲ। ਆ ਰਿਹਾ ਹੈ ਇੰਡੀਅਨ ਟੈਲੀਵਿਜ਼ਨ ਤੇ ਸੁਪਰਬੁੱਕ ਸੀਜ਼ਨ 2, ਵੇਖਣਾ ਨਾ ਭੁੱਲਣਾ। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.cbn.in/superbook। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇਹ ਸਮਾਂ ਹੈ ਤੁਹਾਡੇ ਲਈ ਪ੍ਰਾਰਥਨਾਵਾਂ ਦਾ ਅਤੇ ਦੇਖਦੇ ਹਾਂ ਕਿ ਅੱਜ ਸਾਨੂੰ ਪ੍ਰਾਰਥਨਾ ਨਿਵੇਦਨ ਕਿਸ ਕਿਸ ਨੇ ਭੇਜੇ ਹਨ। ਪਹਿਲਾ ਨਿਵੇਦਨ ਸਾਨੂੰ ਭੇਜਿਆ ਹੈ ਜੋ ਮੈਰੀ ਜੋਜ਼ ਨੇ। ਇਹ ਲਿਖਦੇ ਹਨ ਕਿ ਇਹਨਾਂ ਦੇ ਪਤੀ ਦਾ ਸੰਨ 2012 ਦੇ ਵਿੱਚ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਤੋਂ ਇਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਚੱਲ ਰਹੀਆਂ ਹਨ, ਪਰੇਸ਼ਾਨੀਆਂ ਹਨ, ਕਰਜ਼ਾ ਹੈ। ਖਾਸ ਤੌਰ 'ਤੇ ਇਹਨਾਂ ਨੂੰ ਆਪਣੇ ਬੇਟੇ ਦੀ ਬੜੀ ਚਿੰਤਾ ਹੈ, ਚਾਹੁੰਦੇ ਹਨ ਕਿ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਜਾਵੇ। ਅਸੀਂ ਜ਼ਰੂਰ ਇਸ ਪਰਿਵਾਰ ਵਾਸਤੇ ਪ੍ਰਾਰਥਨਾ ਕਰਾਂਗੇ ਅਤੇ ਨਾਲ ਹੀ ਸਾਨੂੰ ਰੋਜ਼ਲੀਨ ਲਿਖਦੀ ਹੈ ਜਿਹੜੀ ਕਹਿੰਦੀ ਹੈ ਕਿ ਉਹ ਇੱਕ ਨਰਸਿੰਗ ਦੇ ਕੋਰਸ ਦੇ ਵਿੱਚ ਹੈ ਪਰ ਉਸਦੇ ਘਰ ਦੇ ਵਿੱਚ ਇੰਨੀ ਤਕਲੀਫ, ਇੰਨੀ ਪਰੇਸ਼ਾਨੀਆਂ ਨੇ ਕਿ ਜਿਸਦੇ ਕਰਕੇ ਉਹ ਆਪਣੇ ਪੜ੍ਹਾਈ ਦੇ ਉੱਤੇ ਖਿਆਲ ਨਹੀਂ ਦੇ ਪਾ ਰਹੀ, ਧਿਆਨ ਨਹੀਂ ਦੇ ਪਾ ਰਹੀ ਅਤੇ ਉਸਦੀ ਮਦਰ ਜਿਹੜੇ ਨੇ ਐਂਜਲੀਨਾ ਉਹ ਬਹੁਤ ਹੀ ਬਿਮਾਰ ਰਹਿੰਦੇ ਨੇ ਜਿਸਦੇ ਕਰਕੇ ਘਰ ਦਾ ਹੋਰ ਵੀ ਜਿਹੜਾ ਮਾਹੌਲ ਹੈ ਉਹ ਖਰਾਬ ਹੈ। ਉਹ ਚਾਹੁੰਦੀ ਹੈ ਕਿ ਅਸੀਂ ਉਸਦੇ ਪਰਿਵਾਰ ਵਾਸਤੇ ਅਤੇ ਸੁੱਖ ਸ਼ਾਂਤੀ ਵਾਸਤੇ ਪ੍ਰਾਰਥਨਾ ਕਰੀਏ। ਜੇ ਅੱਜ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਹੋ ਜਾਓ। ਸਰਵਸ਼ਕਤੀਮਾਨ ਪਰਮੇਸ਼ਵਰ, ਤੂਫਾਨਾਂ ਨੂੰ ਸ਼ਾਂਤ ਕਰਨ ਵਾਲੇ ਖੁਦਾਵੰਦ, ਇਸ ਵੇਲੇ ਬੜੇ ਹੀ ਵਿਸ਼ਵਾਸ ਦੇ ਨਾਲ ਪ੍ਰਭੂ ਜੀ ਅਸੀਂ ਇਹਨਾਂ ਦੋਹਾਂ ਪਰਿਵਾਰਾਂ ਨੂੰ ਤੁਹਾਡੇ ਸਾਹਮਣੇ ਰੱਖਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਜੀ ਜਦ ਕਿ ਇਹਨਾਂ ਪਰਿਵਾਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਪਰਮੇਸ਼ਵਰ ਇਹ ਸਾਡੇ ਸਾਹਮਣੇ SMS ਦੇ ਰਾਹੀਂ ਲਿਖਿਆ ਹੈ ਅਤੇ ਪ੍ਰਭੂ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਇਹਨਾਂ ਲੋਕਾਂ ਦੀ ਜ਼ਿੰਦਗੀਆਂ ਨੂੰ ਬਹਾਲ ਕਰੋ, ਹਰ ਤੂਫਾਨ ਨੂੰ ਸ਼ਾਂਤ ਕਰੋ, ਹਰ ਹਨੇਰੀ ਨੂੰ ਥਾਮਣ ਦਾ ਹੁਕਮ ਦਿਓ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ। ਪ੍ਰਭੂ ਜੀ ਇਹਨਾਂ ਜ਼ਿੰਦਗੀਆਂ ਨੂੰ ਤੁਸੀਂ ਉਸ ਲੈਵਲ 'ਤੇ ਲੈ ਕੇ ਆਓ ਤਾਂ ਜੋ ਜਾਣ ਸਕਣ ਕਿ ਤੁਹਾਡੇ 'ਤੇ ਭਰੋਸਾ ਰੱਖਣ ਵਾਲੇ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ। ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਨਾਲ ਹੀ ਨਾਲ ਹਰ ਇੱਕ ਐਸੇ ਦਰਸ਼ਕ ਵਾਸਤੇ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਮੁਹਤਾਜਗੀ ਦੇ ਵਿੱਚ ਆਪਣਾ ਜੀਵਨ ਜੀ ਰਹੇ ਨੇ, ਭਾਵੇਂ ਉਹ ਕਰਜ਼ਾ ਹੈ, ਭਾਵੇਂ ਉਹ ਬਿਮਾਰੀ ਹੈ, ਭਾਵੇਂ ਉਹ ਘਰ ਦਾ ਕਲਹਿ ਕਲੇਸ਼ ਹੈ,
ਉਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਰਿਹਾਈ ਦਿਓ, ਮੁਕਤੀ ਦਿਓ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜੀ ਪ੍ਰਭੂ। ਹਰ ਤਰ੍ਹਾਂ ਦੇ ਹਨੇਰੇ ਨੂੰ ਤੇ ਹਨੇਰੇ ਦੀਆਂ ਤਾਕਤਾਂ ਨੂੰ ਜਿਹੜੀ ਉਹਨਾਂ ਦੇ ਘਰ ਅਤੇ ਉਹਨਾਂ ਦੀ ਜ਼ਿੰਦਗੀ ਅਤੇ ਪਰਿਵਾਰਾਂ ਦੇ ਉੱਤੇ ਕਬਜ਼ਾ ਕੀਤੇ ਹੋਈਆਂ ਨੇ, ਉਹਨਾਂ ਨੂੰ ਤੁਸੀਂ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਝੜਕ ਕੇ ਬਾਹਰ ਕੱਢ ਦਿਓ, ਤਾਂ ਜੋ ਪ੍ਰਭੂ ਜੀ ਤੁਹਾਡੇ ਲੋਕ ਇੱਕ ਨਵੀਂ ਸਾਹ ਲੈ ਸਕਣ, ਇੱਕ ਨਵੀਂ ਜ਼ਿੰਦਗੀ ਨੂੰ ਹਾਸਲ ਕਰ ਸਕਣ ਜੀ ਪ੍ਰਭੂ। ਇਸ ਵੇਲੇ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਕਿ ਤੁਸੀਂ ਆਪਣੇ ਲੋਕਾਂ ਦੇ ਉੱਤੇ ਜਿਉਂਦੇ ਪਰਮੇਸ਼ਵਰ ਆਪਣੇ ਹੱਥ ਨੂੰ ਰੱਖੋ ਅਤੇ ਆਪਣੇ ਪਿਆਰ ਨੂੰ, ਆਪਣੀ ਕਰੁਣਾ ਨੂੰ, ਆਪਣੀ ਕਿਰਪਾ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉੜੇ ਲਓ, ਤਾਂ ਜੋ ਉਹ ਪ੍ਰਭੂ ਤੁਹਾਡੇ ਨਾਮ ਨੂੰ ਜਾਣ ਸਕਣ ਅਤੇ ਹੋਰ ਵੀ ਮਜ਼ਬੂਤੀ ਦੇ ਨਾਲ ਉਸ ਦੇ ਵਿੱਚ ਅੱਗੇ ਵੱਧ ਸਕਣ। ਸ਼ੁਕਰੀਆ ਅਦਾ ਕਰਦੇ ਹਾਂ ਪ੍ਰਭੂ ਕਿ ਤੁਸੀਂ ਸਾਡੀਆਂ ਇਹਨਾਂ ਪ੍ਰਾਰਥਨਾਵਾਂ ਨੂੰ ਸੁਣਿਆ ਪ੍ਰਭੂ ਯਿਸੂ ਦੇ ਜ਼ਿੰਦਾ ਅਤੇ ਸਮਰਥੀ ਨਾਂ ਦੇ ਵਿੱਚ। ਆਮੀਨ ਆਮੀਨ। ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਲੋਕ ਹੋਣ ਦੇ ਨਾਤੇ ਪ੍ਰਭੂ ਦੇ ਦਰਵਾਜ਼ੇ ਨੂੰ ਖਟਖਟਾ ਸਕਦੇ ਹਾਂ ਅਤੇ ਜਿਹੜੀਆਂ ਪ੍ਰਾਰਥਨਾਵਾਂ ਅਸੀਂ ਇੱਥੇ ਕਰਦੇ ਹਾਂ ਉਹ ਸਵਰਗ ਦੇ ਵਿੱਚ ਸੁਣੀਆਂ ਜਾਂਦੀਆਂ ਨੇ, ਕਿਉਂਕਿ ਜੋ ਵੀ ਅਸੀਂ ਪਰਮੇਸ਼ਵਰ ਦੇ ਨਾਂ ਦੇ ਵਿੱਚ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਮੰਗਦੇ ਹਾਂ ਉਹ ਕਬੂਲ ਕੀਤਾ ਜਾਂਦਾ ਹੈ। ਦੋਸਤੋ, ਪਰਮੇਸ਼ਵਰ ਅੱਜ ਸਾਨੂੰ ਆਪਣੇ ਵਚਨ ਦੇ ਰਾਹੀਂ ਕੁਝ ਦੱਸਣਾ ਚਾਹ ਰਿਹਾ ਹੈ। ਆਓ ਵੇਖਦੇ ਹਾਂ ਕਿ ਕੀ ਸਾਨੂੰ ਪਤਾ ਚੱਲ ਰਿਹਾ ਅੱਜ ਦੇ ਵਚਨ ਤੋਂ। ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਡਰੇ। ਬਿਲਕੁਲ, ਪਰਮੇਸ਼ਵਰ ਦਾ ਵਚਨ ਸਾਡੀ ਉਮੀਦ ਵਧਾਉਂਦਾ ਹੈ, ਸਾਨੂੰ ਗਾਈਡ ਕਰਦਾ ਹੈ, ਕਦਮ ਕਦਮ ਤੇ ਸਾਨੂੰ ਚੱਲਣਾ ਸਿਖਾਉਂਦਾ ਹੈ। ਅੱਜ ਦੇ ਲਈ ਬਸ ਇੰਨਾ ਹੀ, ਪਰ ਜੇਕਰ ਤੁਸੀਂ ਸਾਡੇ ਭਲਾਈ ਦੇ ਕੰਮਾਂ ਦੇ ਬਾਰੇ ਵਧੇਰੇ ਜਾਣਕਾਰੀ ਨੂੰ ਹਾਸਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੀ ਵੈਬਸਾਈਟ www.cbn.in ਤੇ ਜਾ ਕੇ ਦੇਖ ਸਕਦੇ ਹੋ। ਜਾਂਦੇ ਜਾਂਦੇ ਸੁਣੋ ਤੁਸੀਂ ਪਰਮੇਸ਼ਵਰ ਦੀ ਉਸਤਤ ਦੇ ਵਿੱਚ ਇਸ ਮਧੁਰ ਗੀਤ ਨੂੰ। ਹਮੇਸ਼ਾ ਪਰਮੇਸ਼ਵਰ ਦੇ ਵਿੱਚ ਬਣੇ ਰਹੋ। ਜੈ ਮਸੀਹ ਦੀ। ਗੋਡ ਬਲੈਸ ਯੂ ਆਲ। ਇਸ਼ਕ ਜਗਤ ਹੋ ਚਾਰ ਦਿਹਾੜੇ, ਕਿਉਂ ਤੂੰ ਆਪਣਾ ਆਪ ਗਵਾਵੇ, ਹੋਰ ਕਿਸੇ ਨਾਲ ਬਾਤ ਨਾ ਰਲਣੀ, ਜੇ ਤੂੰ ਧਿਆਨ ਯਸੂ ਵਾਲੇ